जस्ट दुनिया से एलिगेशन लाई जाओ सारा दिन गाला दी जाओ इन्हां ने सरकार नहीं कर सकती दसो भगवंत मान आके पंजाब कर दो ਜਿਹਨੂੰ ਰੋਜ਼ ਸ਼ਾਮ ਨੂੰ ਚਾਰ ਬੰਦੇ ਚੁੱਕ ਕੇ ਗੱਡੀ ਚ ਪਾਉਂਦੇ ਆ ਇਹ ਇਹ ਬੰਦੇ ਹੁਣ ਆਪਾਂ ਵੇਟ ਕਰਦੇ ਆ ਵੀ ਜਿਹਦਾ ਚੁਟਕਲੇ ਸੁਣਨੇ ਆ ਸੁਣਨੇ ਮਤਲਬ विधानसभा चोणां बिल्कुल नजदीक आ चुकियां ने। सियासी अखाड़ा पूरी तरह पख्या होया। सारियां सियासी पार्टियां दे वल्लों अपना चोण प्रचार लगातार जारी है। इसे दे चलदे रोपड़ तो अकाली दल दे उम्मीदवार दलजीत चीमा भी अपने चोण प्रचार दे विच रुझे होए ने, जिस दे चलदे ओह रोपड़ दे बसंत नगर दे विच पहुंचे अते अपना चोण प्रचार किया गया। जिक्रयोग है कि इस मौके दलजीत चीमा जदों लोगों के नाल रूबरू होए तां बसंत नगर के वासियों के वलों उन्हां नूं सवाल जवाब किए गए, विकास कार्यों नूं लैके उन्हां तों कई सवाल पूछे गए। इस मौके की कहना सी दलजीत चीमा दा, आओ दिखाउंदे आ तुहानूं। कोई भी सुधार नहीं है, ना कोई पानी का प्रबंध है, ना सीवरेज का प्रबंध है। सारा जो पानी आता सारे इलाके तो आता है, मतलब सारा इतने आता पानी साढ़ा सारे मतलब घर के बढ़ता है, जिसे करके सू बहुत सारी दिक्कत आ रही है। कई जिवे 12 तरी बनी है पटियाले पर अफसोस यह है कि जिहड़ी कमेटी नॉर्थ इंडिया चो फर्स्ट आई ਜਿਹਨੂੰ ਰੋਜ਼ ਸ਼ਾਮ ਨੂੰ ਚਾਰ ਬੰਦੇ ਚੁੱਕ ਕੇ ਗੱਡੀ ਚ ਪਾਉਂਦੇ ਆ ਇਹ ਇਹ ਬੰਦੇ ਹੁਣ ਆਪਾਂ ਵੇਟ ਕਰਦੇ ਆ ਵੀ ਜਿਹਦਾ ਚੁਟਕਲੇ ਸੁਣਨੇ ਆ ਕੋਈ ਚਾਇਸ ਵੀ ਦੇਖੋ ਨਾ ਤੁਸੀਂ ਇੱਕ ਦਿਨ ਦਾ ਐਕਸਪੀਰੀਅੰਸ ਨਹੀਂ ਹੈਗਾ ਆਪਾਂ ਸੋਚਦੇ ਵੀ ਪੰਜਾਬ ਨੂੰ ਮੰਦਰ ਜਾ ਲੈ ਲਓ ਫਿਰ ਮਜ਼ਾਕ ਹੀ ਹੋਣਾ ਫਿਰ ਠੀਕ ਹੈ ਚੁਟਕਲੇ ਸੁਣਿਆ ਕਰ ਰਹੇ ਠੀਕ ਹੈ दारू पिला के सैन करा लिया करने ਸਾਰੀਆਂ ਫੈਮਿਲੀ ਅਫੈਕਟਡ ਹੋ ਗਈਆਂ। ਮਤਲਬ ਐਸਾ ਵੀ ਜੈਲ ਦੇ ਲੈ ਕੇ ਬਦਲ ਲਈ ਐਮਐਲਏ ਜੋ ਵੀ ਹੈ ਮਤਲਬ ਦੋ ਸਾਲ ਦੇ ਘਰ ਘਰ ਮੰਦਰ ਸੇਵਾ ਜੀਤੀ
ਬਲੀਆ ਮੁੜ ਕੇ ਸਾਰਿਆਂ ਨੂੰ ਇੱਕ ਮਹੀਨਾ ਸ਼ਹਿਰ ਦੇ ਵਿੱਚ ਤੁਸੀਂ ਘੱਟੋ ਘੱਟ 500 ਮੈਂ ਖਾਣਾ ਪਹੁੰਚਾਇਆ ਜਤਨ ਖਾਣਾ ਵੀ ਕੀ ਤੂੰ ਆ ਜਾ ਐਦਾਂ ਦੀ ਵੀ ਦਾਲ ਤੇ ਰੋਟੀ ਪੈਕ ਕਰਕੇ ਭੇਜਦੀ ਉਹਦੇ ਵਿੱਚ ਡਰਾਈ ਫਰੂਟ ਹੁੰਦਾ ਸੀ ਉਹਦੇ ਵਿੱਚ ਆਮਲੇ ਦਾ ਮੁਰੱਬਾ ਹੁੰਦਾ ਸੀ ਉਹਦੇ ਵਿੱਚ ਦਹੀਂ ਮਤਲਬ ਈਵਨ ਕਿ ਜਦੋਂ ਡੀਸੀ ਰੋਪੜ ਨੇ ਫੋਟੋ ਰੱਖੀਆਂ ਤਾਂ ਉਹਨੇ ਕਿਹਾ ਵੀ ਇਹੋ ਜਿਹਾ ਬ੍ਰੇਕਫਾਸਟ ਤਾਂ ਮੈਂ ਵੀ ਨਹੀਂ ਕਰਦੀ ਜਿਹੜਾ ਡਾਕਟਰ ਮਰੀਜ਼ਾਂ ਨੂੰ ਭੇਜ ਉਹ ਤਾਂ ਮੈਂ ਆਪ ਉੱਥੇ ਜਾਂਦਾ ਰਿਹਾ ਜਿੱਥੇ ਸੇਵਾ ਕੀਤੀ ਤੁਸੀਂ ਆਪ ਸੇਵਾ ਕੀਤੀ ਬਹੁਤ ਅੱਛੀ ਹਾਈਜੈਨਿਕ ਸਿਸਟਮ ਨਾਲ ਪੈਕਿੰਗ ਕੀਤੀ ਕਿੰਨਾ ਅੱਛਾ ਕੀਤਾ ਤੁਸੀਂ ਗੁੱਡ ਕੋਵਿਡ ਸੈਂਟਰ ਚਾਹੁੰਦੀ ਹੈ ਕਿ ਵੀ ਸਾਡੇ ਮੁਹੱਲੇ ਦਾ ਤੁਹਾਡੇ ਵਰਗੇ ਬੱਚਿਆਂ 'ਚ ਅਵੇਅਰਨੈਸ ਆਏਗੀ ਤੇ ਸਭ ਕੁਝ ਠੀਕ ਹੋਏ जिन्ना अपना रोटी रोजी का कोई छोटा मोटा साधन 3,30,000 लोग रोजगार ट्रांसपोर्ट का ਪੰਜ ਸਾਲਾਂ 'ਚ ਕਿਤੇ ਤੁਹਾਨੂੰ ਮਿਸਤਰੀ ਵਿਹਲਾ ਨਹੀਂ ਸੀ ਲੱਗਦਾ ਕਿਤੇ ਤੁਹਾਨੂੰ ਮਜ਼ਦੂਰ ਵਿਹਲਾ ਨਹੀਂ ਸੀ ਲੱਗਦਾ ਠੀਕ ਹੈ ਨਾ ਨਾਲ ਦੀ ਨਾਲ ਲੋਕਲ ਮਾਰਕੀਟ 'ਚ ਕਿਸੇ ਦਾ ਸੀਮੈਂਟ ਵਿਕ ਰਿਹਾ ਕਿਸੇ ਦਾ ਬਾਕੀ ਪੇਂਟ ਵਿਕ ਰਿਹਾ ਕਿਸੇ ਦਾ ਸੈਨੀਟੇਸ਼ਨ ਦਾ ਸਮਾਨ ਵਿਕ ਰਿਹਾ ਕਿਸੇ ਦੂਜੇ ਵਿਕ ਰਿਹਾ ਕਿਸੇ ਕੋਲ ਤੇ 1,000 ਕਰੋੜ ਜਦੋਂ ਲਗਾਤਾਰ ਲੋਕਲ ਮਾਰਕੀਟ 'ਚ ਲੱਗਦਾ ਸ਼ੱਕ ਉਹਦੇ ਨਾਲ ਜਿਹੜੇ ਟਾਈਮ ਮਹਿਸੂਸ ਹੁੰਦਾ ਸੀ ਤੁਹਾਨੂੰ ਲੋਕਾਂ ਨੂੰ ਕੰਮ ਵਧੀਆ ਚੱਲ ਸਕਦਾ